ਤੁਸੀਂ ਬੀਇੰਗ ਅ ਊਮਨ ਕੀ ਸੋਚਦੇ ਹੋ ਕਿਉਂ ਔਰਤਾਂ ਹੀ ਨਿਸ਼ਾਨਾ ਰਹਿੰਦੀਆਂ ਮੈਂ ਕਹਿੰਦੀ ਹਾਂ ਔਰਤਾਂ ਵੀ ਰਹਿੰਦੀਆਂ ਨੇ ਸਾਰੇ ਲੁਕੀ ਰਹਿੰਦੇ ਨੇ ਨਿਸ਼ਾਨੇ ਤੇ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਬੋਲਦੇ ਹੋ ਜਿਹੜੀ ਸੈਂਟਰਲ ਦੇ ਵਿੱਚ ਗਵਰਨਮੈਂਟ ਆ ਡਾਇਰੈਕਟਲੀ ਨਹੀਂ ਆਉਂਦਾ ਇਨਡਾਇਰੈਕਟਲੀ ਕਿਤੇ ਨਾ ਕਿਤੇ ਤੇ ਤੁਹਾਨੂੰ ਹਾਰਮ ਕੀਤਾ ਜਾਊਗਾ ਯਾਦ ਗਰੇਵਾਲ ਨੇ ਜੋ ਗੱਲਾਂ ਤੁਹਾਡੇ ਬਾਰੇ ਕੀਤੀਆਂ ਤੁਸੀਂ ਉਹ ਵੀ ਕੁਛ ਨਹੀਂ ਕਿਹਾ ਸਿਰਫ ਇੱਕ ਸ਼ਬਦ ਕਿਹਾ ਸੀ ਡਰਪੋਕ ਉਹਨਾਂ ਦੀ ਥਿੰਕਿੰਗ ਆ ਕਰੋਨਾ ਸੱਚੀ ਮੁੱਚੀ ਹੈਗਾ ਆ ਤੇ ਫਿਰ ਸਾਨੂੰ ਕਿਉਂ ਨਹੀਂ ਹੋਇਆ ਤੇ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਉਹ ਚਾਹੁੰਦੇ ਆ ਵੀ ਅਸੀਂ ਮੋਰਚੇ ਤੇ ਮਰ ਜਾਈਏ ਕੇਜਰੀਵਾਲ ਸਾਹਿਬ ਦੇ ਨਾਲ ਰਾਜੇਵਾਲ ਸਾਹਿਬ ਦੀ ਮੀਟਿੰਗ ਹੋਈ ਹੈ ਇਹ ਜਿਹੀਆਂ ਕੋਈ ਗੱਲਾਂ ਨਹੀਂ ਗੀਆਂ ਜੁੜ ਚੁੱਕੇ ਨੇ ਸੋਨੀਆ ਮਾਨ ਜੀ ਵੱਖ ਵੱਖ ਧਾਰਾਵਾਂ ਦੇ ਨਾਲ ਜੇ ਲੋਕ ਜੁੜੇ ਨੇ ਕਿਸਾਨੀ ਸੰਘਰਸ਼ ਦੇ ਨਾਲ ਆਪਾਂ ਵੱਖ ਧਾਰਾਵਾਂ ਕਹਿੰਦੇ ਨੇ ਆਪਾਂ ਕਹਿੰਦੇ ਆਪਾਂ ਥੋੜ੍ਹੇ ਉਹਨਾਂ ਦੇ ਵਿਚਾਰ ਮਿਲਦੇ ਨਹੀਂ ਹੈ ਹੈ ਨਾ ਜਦੋਂ ਆਪਾਂ ਬੋਲਦੇ ਮਿਲਦੇ ਨਹੀਂ ਹੈ ਰਲਦੇ ਨਹੀਂ ਹੈ ਅਤੇ ਉਸ ਤੋਂ ਬਾਅਦ ਚਰਚਾ ਹੁੰਦੀ ਹੈ ਕਿ ਉਹਨੇ ਇਹ ਕਹਿਤਾ ਉਹਨੇ ਇਹ ਕਹਿਤਾ ਬੀਇੰਗ ਅ ਵੂਮਨ ਕਿਉਂਕਿ ਤੁਸੀਂ ਇਸ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋ ਤੁਸੀਂ ਬੀਇੰਗ ਅ ਵੂਮਨ ਕੀ ਸੋਚਦੇ ਹੋ ਕਿਉਂ ਔਰਤਾਂ ਹੀ ਨਿਸ਼ਾਨਾ ਰਹਿੰਦੀਆਂ ਨੇ ਵੇਖੋ ਮੈਂ ਕਹਿੰਦੀ ਹਾਂ ਔਰਤਾਂ ਵੀ ਰਹਿੰਦੀਆਂ ਨੇ ਸਾਰੇ ਲੁਕੀ ਰਹਿੰਦੇ ਨੇ ਨਿਸ਼ਾਨੇ ਤੇ ਔਰ ਖਾਸ ਕਰਕੇ ਜਦੋਂ ਤੁਸੀਂ ਗਵਰਨਮੈਂਟ ਨੂੰ ਬੋਲਦੇ ਹੋ ਔਰ ਖਾਸ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਬੋਲਦੇ ਹੋ ਜਿਹੜੀ ਸੈਂਟਰਲ ਦੇ ਵਿੱਚ ਗਵਰਨਮੈਂਟ ਆ ਓਬਵੀਅਸਲੀ ਤੁਹਾਡੇ ਉੱਤੇ ਨਿਸ਼ਾਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧਿਆ ਜਾਊਗਾ ਨਾ ਕਿ ਡਾਇਰੈਕਟਲੀ ਨਹੀਂ ਆਉਂਦਾ ਇਨਡਾਇਰੈਕਟਲੀ ਕਿਤੇ ਨਾ ਕਿਤੇ ਤੇ ਤੁਹਾਨੂੰ ਹਾਰਮ ਕੀਤਾ ਜਾਊਗਾ ਪਰ ਉਹਦੇ ਨਾਲ ਇਹ ਵੀ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਤੁਸੀਂ ਆਪਣੇ ਮੁੱਦੇ ਤੋਂ ਭਟਕ ਜਾਓ ਔਰ ਤੁਸੀਂ ਆਪਣੇ ਮੁੱਦੇ ਦੀਆਂ ਗੱਲਾਂ ਨਾ ਕਰੋ ਸੋ ਇਹ ਲਾਜ਼ਮੀ ਜੀ ਗੱਲ ਹੈ ਸੋਨੀਆ ਮਾਨ ਉਂਝ ਤਾਂ ਡਰਦੀ ਨਹੀਂ ਇੰਨਾ ਕੁਛ ਹੋ ਗਿਆ ਉਹਦੇ ਬਾਅਦ ਤੁਸੀਂ ਯਾਦ ਗਰੇਵਾਲ ਦੇ ਨਾਲ ਫਿਲਮ ਕਰ ਰਹੇ ਹੋ ਯਾਦ ਗਰੇਵਾਲ ਨੇ ਜੋ ਗੱਲਾਂ ਤੁਹਾਡੇ ਬਾਰੇ ਕੀਤੀਆਂ ਤੁਸੀਂ ਉਹ ਵੀ ਕੁਛ ਨਹੀਂ ਕਿਹਾ ਸਿਰਫ ਇੱਕ ਸ਼ਬਦ ਕਿਹਾ ਸੀ ਡਰਪੋਕ ਉਹ ਇੰਨਾ ਜ਼ਿਆਦਾ ਕੀ ਹੋ ਗਿਆ ਕਿ ਉਹਨਾਂ ਨੇ ਇੰਨਾ ਕੁਛ ਕਿਹਾ ਤਾਂ ਤੁਹਾਡੇ ਬਾਰੇ ਵੇਖੋ ਉਹ ਉਹਨਾਂ ਦੀ ਥਿੰਕਿੰਗ ਆ ਮੈਂ ਉਹਨਾਂ ਬਾਰੇ ਕੁਛ ਨਹੀਂ ਟਿੱਪਣੀ ਕਰਨਾ ਚਾਹੁੰਦੀ ਰਾਈਟ ਨਾਓ ਮੈਂ ਸਿਰਫ ਕਿਸਾਨੀ ਅੰਦੋਲਨ ਬਾਰੇ ਗੱਲ ਕਰਨ ਵਾਸਤੇ ਆਈ ਹਾਂ ਮੈਂ ਉਹਦੇ ਬਾਰੇ ਹੀ ਗੱਲ ਕਰੂੰਗੀ ਅੱਛਾ ਕਿਸਾਨੀ ਅੰਦੋਲਨ ਦੇ ਵਿਚਕਾਰ ਔਰਤਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਪਹਿਲੇ ਵੀ ਸਵਾਲ ਉੱਠਦੇ ਰਹੇ ਅੱਜ ਵੀ ਉੱਠਦੇ ਰਹੇ ਤੁਸੀਂ ਕਹਿੰਦੇ ਉੱਥੇ ਬਹੁਤ ਜ਼ਿਆਦਾ ਜੇ ਹੈ ਇਕੱਠ ਤਾਂ ਹੈਗਾ ਲੇਕਿਨ ਇਕੱਠ ਦੇ ਵਿਚਕਾਰ ਬਹੁਤ ਸਾਰੀ ਬਿਮਾਰੀਆਂ ਵੀ ਫੈਲ ਸਕਦੀਆਂ ਸਰਕਾਰ ਬਾਰ ਬਾਰ ਕਹਿੰਦੀ ਹੈ ਕਿ ਪੋਲੀਟੀਕਲ ਪਾਰਟੀਜ਼ ਜੇ ਨੇ ਉਹ ਰੈਲੀਆਂ ਨਾ ਕਰਨ ਲੇਕਿਨ ਜਦ ਇਕੱਠ ਇਕੱਠਾ ਹੁੰਦਾ ਹੈ ਤਾਂ ਫਿਰ ਲੋਕ ਕਹਿੰਦੇ ਨੇ ਕਿ ਉਹ ਕਰ ਸਕਦੇ ਤਾਂ ਇਹ ਕਿਉਂ ਨਹੀਂ ਕਰ ਵੇਖੋ ਸਭ ਤੋਂ ਵੱਡਾ ਮੁੱਦਾ ਇਹ ਵੀ ਜੇ ਕਰੋਨਾ ਸੱਚੀ ਮੁੱਚੀ ਹੈਗਾ ਆ ਤਾਂ ਫਿਰ ਸਾਨੂੰ ਕਿਉਂ ਨਹੀਂ ਹੋਇਆ ਅਸੀਂ ਤਾਂ ਮੈਂ ਤਾਂ ਪਿਛਲੇ 4 ਮਹੀਨੇ ਤੋਂ ਬਾਰਡਰ 'ਤੇ ਪਈ ਹਾਂ ਔਰ ਦੂਜੀ ਗੱਲ ਆ ਵੀ ਜੇ ਹੈਗਾ ਆ ਸੱਚੀ ਮੁੱਚੀ ਤਾਂ ਫਿਰ ਇਹਨਾਂ ਨੂੰ ਸਾਡੇ ਰੱਦ ਕਰ ਦੇਣੇ ਚਾਹੀਦੇ ਇਹਦਾ ਮਤਲਬ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਉਹ ਚਾਹੁੰਦੇ ਆ ਵੀ ਅਸੀਂ ਮੋਰਚੇ 'ਤੇ ਮਰ ਜਾਈਏ ਤੋ ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਦੀ ਸਾਡੇ ਬਜ਼ੁਰਗਾਂ ਦੀ ਸੇਫਟੀ ਵੱਲ ਵੇਖਣਾ ਚਾਹੀਦਾ ਆ ਉਹਨਾਂ ਨੂੰ ਸੇਫ ਕਰਨਾ ਚਾਹੀਦਾ ਕਾਨੂੰਨ ਰੱਦ ਕਰ ਦੇਣ ਆਪਾਂ ਘਰੋ ਘਰ ਹੀ ਜਾਈਏ ਸੇਫਲੀ ਅੱਜ ਵੈਸੇ ਵੀ KMP ਰੋਡ ਜੋ ਹੈ 24 ਘੰਟੇ ਲਈ ਜਾਮ ਹੈ ਆੜ੍ਹਤੀਆਂ ਦੀ ਤਰਫ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਜਾ ਰਿਹਾ ਅਦਾਇਗੀ ਸਿੱਧੀ ਹੋ ਨਹੀਂ ਰਹੀ ਹੈ ਕਿਸਾਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰੇ ਤੁਹਾਨੂੰ ਨਹੀਂ ਲੱਗਦਾ ਜੇ ਰਣਨੀਤੀ ਉਹਦੇ ਵਿੱਚ ਪੰਜਾਬ ਸਰਕਾਰ ਵੀ ਫਸੀ ਹੋਈ ਹੈ ਸਮਝ ਨਹੀਂ ਆ ਰਿਹਾ ਕਿਸ ਪਾਸੇ ਜਾਈਏ ਵੇਖੋ ਸਰਕਾਰ ਪੰਜਾਬ ਸਰਕਾਰ ਪੰਜਾਬ ਦੇ ਹਿੱਤ ਦੇ ਵਿੱਚ ਖਲੋਣਾ ਚਾਹੀਦਾ ਆ ਪੰਜਾਬ ਦੀ ਜਵਾਨੀ ਕਿਸਾਨੀ ਮਜ਼ਦੂਰਾਂ ਵਾਸਤੇ ਖਲੋਣਾ ਚਾਹੀਦਾ ਆ ਕਿਉਂਕਿ ਅਸੀਂ ਇੱਕ ਇੱਕ ਵੋਟ ਪਾ ਕੇ ਆਪਣੀ ਸਰਕਾਰ ਬਣਾਉਂਦੇ ਹਾਂ ਡੈਮੋਕ੍ਰੇਸੀ ਹੈ ਸੋ ਸਰਕਾਰ ਨੂੰ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਜਿੱਥੇ ਕਿਸਾਨ ਖੜੇ ਉੱਥੇ ਸਰਕਾਰ ਨੂੰ ਖੜੇ ਰਹਿਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤਾਂ ਤੁਸੀਂ ਸਿਰਫ ਅਗਰ ਦਿੱਲੀ ਜਾਂ ਬਾਰਡਰਸ ਜਾਂ ਫਿਰ ਪੰਜਾਬ ਤੱਕ ਸੀਮਿਤ ਨਾ ਰਹਿ ਕੇ ਤੁਸੀਂ ਕਦੇ ਸੋਚਿਆ ਕਿ ਇੱਕ ਰਣਨੀਤੀ ਬਣਾਈਏ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਰੇ ਸਾਡੇ ਲੀਡਰਸ ਸਾਰੇ ਕਿਤੇ ਜਾਂਦੇ ਆ ਮਹਾਂਪੰਚਾਇਤਾਂ ਕਰਨ ਇਨਫੈਕਟ ਮੈਂ ਰਾਜਸਥਾਨ ਵੀ ਗਈ ਸੀਗੀ ਉੱਤਰਾਖੰਡ ਵੀ ਗਈ ਸੀਗੀ ਅਸੀਂ ਸਾਰੀਆਂ ਸਟੇਟਾਂ ਦੇ ਵਿੱਚ ਜਾਂਦੇ ਹਾਂ ਜਿੱਥੇ ਜਿੱਥੇ ਚੱਲ ਰਿਹਾ ਆ ਬਾਕੀ ਅਸੀਂ ਜ਼ਿਆਦਾਤਰ ਮੈਂ ਹੁਣ ਫੋਕਸ ਕਰ ਰਹੀ ਹਾਂ ਮਾਝੇ ਏਰੀਆ ਦੇ ਵਿੱਚ ਉੱਥੇ ਇਸੇ ਕਰਕੇ ਅਸੀਂ 19 ਤਰੀਕ ਨੂੰ ਇੱਕ ਵੱਡੀ ਮਹਾਂਪੰਚਾਇਤ ਕਰਵਾ ਰਹੇ ਹਾਂ ਕਿਸਾਨੀ ਜਿੱਥੇ ਸਾਡੇ ਸਾਰੇ ਆਗੂ ਵੀ ਪਹੁੰਚਣਗੇ ਸਿੰਗਰ ਵੀ ਪਹੁੰਚਣਗੇ ਉਹ ਕਰ ਰਹੇ ਹਾਂ ਆਪਾਂ ਅੱਛਾ ਕਿਹਾ ਜਾ ਰਿਹਾ ਕਿ ਕਿਸਾਨੀ ਸੰਘਰਸ਼ ਦੇ ਵਿਚਕਾਰ ਨਵੀਂ ਪਾਰਟੀ ਵੀ ਤਿਆਰ ਹੋ ਸਕਦੀ ਹੈ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਕੇਜਰੀਵਾਲ ਸਾਹਿਬ ਦੇ ਨਾਲ ਰਾਜੇਵਾਲ ਸਾਹਿਬ ਦੀ ਮੀਟਿੰਗ ਹੋਈ ਹੈ ਇਹ ਸਾਰੀ ਗਲਤ ਇਨਫੋਰਮੇਸ਼ਨਸ ਨੇ ਰਾਜੇਵਾਲ ਸਾਹਿਬ ਨੇ ਆਪਣੀ ਇੰਟਰਵਿਊ ਦੇ ਵਿੱਚ ਆਈ ਥਿੰਕ ਦੱਸ ਹੀ ਦਿੱਤਾ ਇਹ ਜਿਹੀਆਂ ਕੋਈ ਗੱਲਾਂ ਨਹੀਂ ਗੀਆਂ ਅਸੀਂ ਸਿਰਫ ਕਿਸਾਨੀ ਮੋਰਚੇ ਵੱਲ ਧਿਆਨ ਦਿੱਤਾ ਇਸ ਟਾਈਮ ਦੇ ਉੱਤੇ ਜਦੋਂ ਤੱਕ ਸਾਡੇ ਬਿੱਲ ਰੱਦ ਨਹੀਂ ਹੋ ਜਾਂਦੇ ਅਸੀਂ ਹੋਰ ਕੋਈ ਚੀਜ਼ ਸੋਚਦੇ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਸੋਨੀਆ ਮਾਨ ਦਾ ਕਹਿਣਾ ਜਦ ਤੱਕ ਕਿਸਾਨੀ ਸੰਘਰਸ਼ ਜੇ ਹੈ ਉਹ ਚੱਲ ਰਿਹਾ ਹੈ ਜਦ ਤੱਕ ਇਹ 3 ਕਾਲੇ ਕਾਨੂੰਨ ਜੇ ਰੱਦ ਨਹੀਂ ਹੋ ਜਾਂਦੇ ਇਹ ਮੋਰਚਾ ਜੇ ਹੈ ਇੰਜੀ ਰਹੇਗਾ ਕੈਮਰਾਮੈਨ ਦਵਿੰਦਰ ਦੇ ਨਾਲ ਨੀਰੂ ਬਿਜਵਾਨ ਫੈਕਟ ਨਿਊਜ਼ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼